की गल अमर की होया? कुछ नहीं प्रीत, एक अजीब जिहा डर दिल नूं सताई जांदा। मैं तैनूं इत्थे लिया के कोई गलती तां नहीं कर ली? जे गुरुमा नूं पता लग गया तां की सोचणगे? कुछ भी है अमर, पर मैनूं तेरा पिंड बहुत सोहना लग्या। तेरे परिवार नाल मिल के बहुत चंगा लग्या। प्रीत, नेरा होई जांदा, गुरुमा आउण वाले आ। ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਘਰੇ ਜਾਣਾ। ਚੱਲ ਚੱਲੀਏ। ਚੱਲ ਚੱਲੀਏ। ਪ੍ਰੀਤ, ਮੈਂ ਤੇਰੇ ਲਈ ਇੱਕ ਤੋਹਫਾ ਲੈ ਕੇ ਆਇਆ। ਮੇਰੇ ਲਈ ਕੀ ਹੈ ਇਹਦੇ ਚ? ਤੂੰ ਖੁਦ ਹੀ ਦੇਖ ਲਾ। ਇਹ ਤਾਂ ਬਹੁਤ ਸੋਹਣੀ ਹੈ ਅਮਰ। ਅੱਛਾ, ਲੈ ਕੇ ਦਿਖਾ। ਕਿੰਨੀ ਸੋਹਣੀ ਲੱਗ ਰਹੀ ਹੈ। ਲੈ ਪ੍ਰੀਤ, ਰਾਤ ਨੂੰ ਵਰਤੋਂ ਲੱਗਿਆ ਤੇਰੇ ਮਗਰ, ਹੁਣ ਤੂੰ ਥੱਪੜ ਦਾ ਜਵਾਬ। ਨਾਲੇ ਤੈਨੂੰ ਹੁਣ ਪਤਾ ਲੱਗੂ ਜੀਜਾ ਕੀ ਹੁੰਦਾ ਆਦਮ। ਪ੍ਰੀਤ, ਚੱਲ ਹੁਣ ਹਨੇਰਾ ਹੋਈ ਜਾਂਦਾ। ਹਾਂ ਅਮਰ, ਗੱਲ ਝੂਠ ਨਿਕਲੀ ਨਾ ਤਾਂ ਮੈਂ ਤੇਰੀ ਦੂਜੀ ਲੱਤ ਵੀ ਤੋੜ ਦੂ। ਜੱਗੂ ਲਾਂਗੜਾ ਕਹਿੰਦੇ ਨੇ ਮੈਨੂੰ, ਪੱਕੇ ਸਬੂਤ ਨਾਲ ਰੱਖਦਾ। ਇਹਦੀ ਤਾਂ ਹਜੇ ਬਹੁਤ ਜ਼ਰੂਰਤ ਆ ਸ਼ਰਮਾ ਜੀ। ਨਮਸਕਾਰ ਗਣਸ਼ਾਮ ਜੀ। ਆ ਗਏ ਉਸਤਾਦ ਜੀ। ਤੁਸੀਂ ਤਾਂ ਫਿਰਦੇ ਹੋ ਸੰਗੀਤ ਸੰਮੇਲਨਾਂ ਚ ਮੁੰਬਈ, ਆ ਤੁਹਾਡੇ ਪਿੱਛੋਂ ਅਮਰੂ ਕੀ ਗੁਰਸ਼ਰਲੇ ਡਾ ਰਿਹਾ? ਕੀ ਹੋਇਆ? ਤੁਹਾਡੀ ਕੁੜੀ ਨਾਲ ਆਦਮ ਬੋ ਇਹ ਮੈਂ ਕੀ ਸੁਣ ਰਿਹਾ ਜੋਗਿੰਦਰਪਾਲ ਜੀ? ਮੈਂ ਤੁਹਾਡੀ ਧੀ ਨੂੰ ਆਪਣੇ ਘਰ ਦੀ ਨੂੰਹ ਬਣਾਉਣਾ ਚਾਹੁੰਦਾ ਸੀ, ਪਰ ਤੁਸੀਂ ਆਪਣੇ ਸੰਗੀਤ ਗਾਉਣ ਵਜਾਉਣ ਤੋਂ ਤੁਹਾਨੂੰ ਕੋਈ ਟਾਈਮ ਨਹੀਂ ਮਿਲਦਾ, ਰੁੱਝੇ ਫਿਰਦੇ, ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਪਤਾ। ਇਹ ਮੈਂ ਕੀ ਸੁਣ ਰਿਹਾ ਦਰਸ਼ਕ? ਮੈਂ ਠੀਕ ਕਹਿ ਰਿਹਾ? ਉਹ ਲੰਗੜਿਆ, ਲਿਆ ਫੋਟੋ ਅਮਰੂ ਨਾਂ ਦੇ ਮੁੰਡੇ ਨਾਲ ਪਾਰਕਾਂ ਅਤੇ ਬਾਜ਼ਾਰਾਂ ਵਿੱਚ ਘੁੰਮਦੀ ਫਿਰਦੀ ਤੁਹਾਡੀ ਧੀ। ਅਮਰਿਆ, ਇਹ ਤੂੰ ਚੰਗਾ ਨਹੀਂ ਕੀਤਾ। ਮੈਂ ਤੈਨੂੰ ਆਪਣਾ ਸ਼ਾਗਿਰਦ ਬਣਾਇਆ, ਤੂੰ ਬੁੱਕਲ ਦਾ ਸਭ ਬਣ ਕੇ ਮੈਨੂੰ ਡਾਂਗਿਆ। ਹੁਣ ਤੇਰੀ ਖੈਰ ਨਹੀਂ। ਚੰਗਾ ਸ਼ਰਮਾ ਜੀ, ਛਾਛਰੀ ਕਾਲ। ਨਾਲੇ ਪਿੰਡ ਚ ਹੋਰ ਵੀ ਬਹੁਤ ਕੰਮ ਨੇ, ਅੱਗੇ ਵੀ ਜਾਣਾ। ਹੁਣ ਨੂੰ ਬਣਾਉਣਾ ਜਾਂ ਨਾ ਬਣਾਉਣਾ ਇਹ ਤਾਂ ਤੁਹਾਡੀ ਮਰਜ਼ੀ ਆ, ਵੈਸੇ ਕੋਈ ਫਾਇਦਾ ਨਹੀਂ। ਜੱਗੂ ਲਾਂਗੜਾ ਕਹਿੰਦੇ ਨੇ ਮੈਨੂੰ, ਪਰ ਸਾਰਾ ਪਿੰਡ ਤਾਂ ਤੈਨੂੰ ਕੁੱਤਾ ਹੀ ਕਹਿੰਦਾ, ਪਰ ਤੂੰ ਨਾ ਮੰਨੀ।
ਮੈਨੂੰ ਨੇ ਤਾਂ ਬਣਾਤਾ ਜ਼ੇਰਾ। ਦਰਸ਼ਨ ਦਿਓ ਸ਼ੰਕਰ। ਓਏ ਅਮਰਿਆ ਕੁੱਤਿਆ ਕਮੀਣਿਆ, ਗੁਰੂ ਜੀ ਜਾ ਚਲਾ ਜਾ, ਨਹੀਂ ਮੈਂ ਤੇਰੇ ਅੱਜ ਟੋਟੇ ਟੋਟੇ ਕਰ ਦਿਆਂਗਾ। ਕੀ ਹੋਇਆ ਤੁਹਾਨੂੰ? ਜਾਣ ਗਿਆ ਮੈਂ ਤੇਰੀ ਅਸਲੀਅਤ। ਮੇਰੀ ਬੇਟੀ ਪ੍ਰੀਤੀ ਨੂੰ ਪਿਆਰ ਦੇ ਜਾਲ ਵਿੱਚ ਫਸਾ ਕੇ ਇੱਥੇ ਮੇਰੇ ਨਾਲ ਉਸਤਾਦੀ ਸ਼ਾਗਿਰਦੀ ਦਾ ਨਾਟਕ ਕਰ ਰਿਹਾ। ਨਮਕ ਹਰਾਮਾ, ਦੂਰ ਹੋ ਜਾ ਮੇਰੀਆਂ ਅੱਖਾਂ ਤੋਂ। ਨਹੀਂ ਗੁਰੂ ਜੀ, ਮੈਂ ਪ੍ਰੀਤ ਤੇ ਕੋਈ ਮੈਲੀ ਅੱਖ ਨਹੀਂ ਰੱਖੀ। ਮੈਲੀ ਅੱਖ ਨਹੀਂ ਰੱਖੀ ਨਮਕ ਹਰਾਮਾ? ਆ ਕੀ ਹੈ ਆ ਦੇਖ। ਇਹ ਉਮੀਦ ਨਹੀਂ ਸੀ ਤੇਰੇ ਤੋਂ। ਛੱਡ ਦਿਓ ਮੈਨੂੰ ਗੁਰੂ ਮਾਂ। ਉਸਤਾਦ ਜੀ ਛੱਡ ਦਿਓ ਮੈਨੂੰ। ਉਸਤਾਦ ਜੀ ਛੱਡ ਦਿਓ। ਇਹ ਦੇ ਗੁੱਸੇ ਚ ਕਿਉਂ ਆ? ਕਲ ਜੋਗਣੇ, ਮੈਂ ਕੀ ਨਹੀਂ ਕੀਤਾ ਤੇਰੇ ਵਾਸਤੇ? ਨਹੀਂ ਪਿਤਾ ਜੀ, ਤੁਸੀਂ ਗੱਲ ਸਮਝ ਰਹੇ ਹੋ। ਮੈਨੂੰ ਮਾਫ ਕਰ ਦਿਓ ਪਿਤਾ ਜੀ। ਜਵਾਨ ਧੀਏ, ਇਹ ਤੁਸੀਂ ਕੀ ਕਰ ਰਹੇ ਹੋ? ਵਿਦਿਆਵਤੀ ਪਿੱਛੇ ਹਟ। ਮੈਨੂੰ ਮਾਫ ਕਰ ਦਿਓ। ਮਾਫ ਕਰ ਦੇ? ਤੂੰ ਮੇਰਾ ਅੱਜ ਤੱਕ ਪਿਆਰ ਦੇਖਿਆ, ਗੁੱਸਾ ਨਹੀਂ ਦੇਖਿਆ? ਨਹੀਂ ਪਿਤਾ। ਮੈਂ ਤੈਨੂੰ ਬੜਾ ਪਿਆਰ ਦਿੱਤਾ ਤੇ ਤੂੰ ਮੇਰਾ ਮੂੰਹ ਕਾਲਾ ਕਰਵਾ ਦਿੱਤਾ। ਚੱਲ ਅੰਦਰ। ਅੱਜ ਤੋਂ ਤੇਰਾ ਬਾਹਰ ਜਾਣਾ ਆਣਾ ਬੰਦ, ਤੇਰਾ ਗਾਣਾ ਵਜਾਣਾ ਬੰਦ। ਅਮਰ ਬੇਟਾ, ਮੈਂ ਕਈ ਦਿਨਾਂ ਤੋਂ ਦੇਖ ਰਿਹਾ ਤੂੰ ਬੜਾ ਉਦਾਸ ਹੈ, ਕੀ ਹੋਇਆ ਮੇਰੇ ਪੁੱਤਰ? ਨਹੀਂ ਦਾਦਾ ਜੀ, ਐਸੀ ਕੋਈ ਗੱਲ ਨਹੀਂ, ਤੂੰ ਬੜਾ ਫਿਕਰ ਨਾ ਕਰਿਆ ਕਰੋ। ਅਮਰ, ਤੂੰ ਤਾਂ ਬੜੀ ਇਕਾਗਰਤਾ ਨਾਲ ਸਮਾਧੀ ਲਾ ਕੇ ਸੰਗੀਤ ਦਾ ਰਿਆਜ਼ ਕਰਦਾ ਹੁੰਦਾ ਸੀ, ਤੂੰ ਜ਼ਰੂਰ ਕੁਛ ਛੁਪਾ ਰਹੇ। ਦਾਦਾ ਜੀ, ਪਤਾ ਨਹੀਂ ਮੈਨੂੰ ਕੀ ਹੋਇਆ, ਕਈ ਦਿਨਾਂ ਤੋਂ ਮੇਰਾ ਮਨ ਬਹੁਤ ਪਰੇਸ਼ਾਨ ਹੈ, ਉਖੜਿਆ ਉਖੜਿਆ ਜਿਹਾ ਰਹਿੰਦਾ। ਸੰਗੀਤ ਵਿੱਚ ਵੀ ਹੁਣ ਮੇਰਾ ਦਿਲ ਨਹੀਂ ਲੱਗਦਾ, ਪਰ ਤੁਸੀਂ ਫਿਕਰ ਨਾ ਕਰੋ, ਤੁਸੀਂ ਜਾ ਕੇ ਆਰਾਮ ਕਰੋ। ਪੈ ਗਈ ਹੈ, ਸਾਰਾ ਪਿੰਡ ਸੋ ਚੁੱਕਾ ਹੈ, ਹੁਣ ਤੂੰ ਵੀ ਸੋ ਜਾ।
ठीक है दादा जी, तुसी जाके आराम करो। माँ हाँ पुत्र, तुसी भी जाके आराम करो। ठीक है पुत्र, मैं सो रहा हूँ। माँ संडे में नाइट वॉक करते हैं। अच्छा।